ਸੁਖਰਾਜ ਸਿੰਘ ਨਿਆਮੀਵਾਲਾ ਨੂੰ ਐਨਆਈਏ ਨੇ ਹੁਣ ਨੋਟਿਸ ਭੇਜਿਆ। ਜੀ ਹਾਂ, ਬਹਿਬਲ ਕਲਾ ਇਨਸਾਫ ਮੋਰਚੇ ਦੇ ਆਗੂ ਨੇ ਸੁਖਰਾਜ ਸਿੰਘ ਜਿਨ੍ਹਾਂ ਨੂੰ ਐਨਆਈਏ ਨੇ ਨੋਟਿਸ ਭੇਜਿਆ। ਸੋ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਐਨਆਈਏ ਨੇ ਨੋਟਿਸ ਭੇਜਿਆ। 19 ਸਤੰਬਰ ਨੂੰ ਦਿੱਲੀ ਸਥਿਤ ਦਫ਼ਤਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਬਹਿਬਲ ਕਲਾ ਇਨਸਾਫ ਮੋਰਚੇ ਦੇ ਆਗੂ ਨੇ ਸੁਖਰਾਜ ਸਿੰਘ ਜਿਨ੍ਹਾਂ ਨੂੰ ਹੁਣ ਇੱਥੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ, 19 ਸਤੰਬਰ ਨੂੰ ਦਿੱਲੀ ਸਥਿਤ ਦਫ਼ਤਰ ਪੇਸ਼ ਹੋਣਾ ਹੋਵੇਗਾ। ਪੁਲਿਸ ਨੇ ਸੁਖਰਾਜ ਸਿੰਘ ਨੂੰ ਨੋਟਿਸ ਸੌਂਪ ਦਿੱਤਾ ਅਤੇ ਇੱਥੇ ਹੁਣ 19 ਤਰੀਕ ਤੱਕ ਪੇਸ਼ ਹੋਣ ਲਈ 19 ਤਰੀਕ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੋ ਕੱਲ੍ਹ ਦੇਰ ਸ਼ਾਮ ਪੁਲਿਸ ਨੇ ਸੁਖਰਾਜ ਸਿੰਘ ਨੂੰ ਇਹ ਨੋਟਿਸ ਭੇਜਿਆ। ਸੁਖਰਾਜ ਸਿੰਘ ਨਿਆਮੀਵਾਲਾ ਨੂੰ ਐਨਆਈਏ ਨੇ ਇੱਥੇ ਨੋਟਿਸ ਭੇਜਿਆ। ਦੱਸ ਦਈਏ ਕਿ ਇਸ ਬਾਬਤ 19 ਤਰੀਕ ਨੂੰ ਪੇਸ਼ ਹੋਣ ਲਈ ਕਿਹਾ। ਬਹਿਬਲ ਕਲਾ ਇਨਸਾਫ ਮੋਰਚੇ ਦੇ ਆਗੂ ਨੇ ਸੁਖਰਾਜ ਸਿੰਘ ਜਿਸ ਨੂੰ ਕਿ ਐਨਆਈਏ ਨੇ ਇੱਥੇ ਨੋਟਿਸ ਦਿੱਤਾ ਹੈ, 19 ਸਤੰਬਰ ਨੂੰ ਦਿੱਲੀ ਸਥਿਤ ਦਫ਼ਤਰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਹੁਣ ਦੇਖਣਾ ਹੋਵੇਗਾ ਕਿਆ ਉਹ ਪੇਸ਼ ਹੁੰਦੇ ਨੇ ਜਾਂ ਨਹੀਂ, ਔਰ ਜੇ ਪੇਸ਼ ਹੁੰਦੇ ਨੇ ਕੀ ਕੁਛ ਇਸ ਮਾਮਲੇ 'ਚ ਅੱਗੇ ਸਾਹਮਣੇ ਆਉਂਦਾ। ਕੱਲ੍ਹ ਦੇਰ ਸ਼ਾਮ ਪੁਲਿਸ ਨੇ ਸੁਖਰਾਜ ਸਿੰਘ ਨੂੰ ਇੱਥੇ ਨੋਟਿਸ ਜੋ ਹੈ ਉਹ ਸੌਂਪਿਆ ਸੀ। ਸੋ ਇੱਥੇ ਕੀ ਕੁਛ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਇਹ ਵੀ ਦੇਖਣਾ ਅਹਿਮ ਰਹੇਗਾ। ਸੁਖਰਾਜ ਸਿੰਘ ਨਿਆਮੀਵਾਲਾ ਨੂੰ ਐਨਆਈਏ ਨੇ ਨੋਟਿਸ ਭੇਜ ਕੇ 19 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਬਹਿਬਲ ਕਲਾਂ ਇਨਸਾਫ ਮੋਰਚੇ ਦੇ ਆਗੂ ਨੇ ਸੁਖਰਾਜ ਸਿੰਘ ਦੱਸ ਦਈਏ ਕਿ 19 ਸਤੰਬਰ ਨੂੰ ਦਿੱਲੀ ਸਥਿਤ ਦਫ਼ਤਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਸੋ ਜੇ ਵਿਚਕਾਰ ਕੀ ਕੁਛ ਇਸ ਮਾਮਲੇ 'ਚ ਅੱਗੇ ਹੁੰਦਾ ਹੈ, ਕੀ ਪ੍ਰਤੀਕਿਰਿਆ ਸੁਖਰਾਜ ਸਿੰਘ ਵੱਲੋਂ ਆਉਂਦੀ ਹੈ ਇਹ ਦੇਖਣਾ ਵੀ ਅਹਿਮ ਰਹੇਗਾ। ਕੱਲ੍ਹ ਦੇਰ ਸ਼ਾਮ ਹੀ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸੁਖਰਾਜ ਸਿੰਘ ਨਿਆਮੀਵਾਲਾ ਨੂੰ। ਅਮਨਦੀਪ ਲੱਕੀ ਸਾਡੇ ਨਾਲ ਜੁੜ ਚੁੱਕੇ ਨੇ। ਅਮਨਦੀਪ, ਜਿਸ ਤਰ੍ਹਾਂ ਦੇ ਨਾਲ ਸੁਖਰਾਜ ਸਿੰਘ ਨੂੰ ਇਹ ਨੋਟਿਸ ਦਿੱਤਾ ਗਿਆ, ਕੀ ਕੁਛ ਇਸ ਬਾਰੇ ਹੋਰ ਜਾਣਕਾਰੀ? ਬਿਲਕੁਲ ਰਾਧਾ, ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ, ਔਰ ਉਸ ਤੋਂ ਬਾਅਦ ਬਵਾਲ ਖੜਾ ਹੋਇਆ ਸੀ। ਜਦੋਂ ਬਵਾਲ ਖੜਾ ਹੋਇਆ ਸੀਗਾ ਤਾਂ ਬਹਿਬਲ ਦੇ ਵਿੱਚ ਵੀ ਗੋਲੀ ਚੱਲੀ ਸੀ। 2 ਜਿਹੜੇ ਸਿੱਖ ਜਿਹੜੇ ਸੀਗੇ, ਨੌਜਵਾਨ ਸੀਗੇ ਜਿਹੜੇ, ਉਹ ਸ਼ਹੀਦ ਹੋ ਗਏ ਸੀਗੇ, ਔਰ ਉਹਨਾਂ ਦੇ ਵਿੱਚੋਂ ਇੱਕ ਕ੍ਰਿਸ਼ਨ ਭਗਵਾਨ ਸੀ ਜਿਹਨਾਂ ਦਾ ਬੇਟਾ ਸੁਖਰਾਜ ਆ। ਉਹ ਲੰਬੇ ਸਮੇਂ ਤੋਂ ਜਿਹੜੀ ਇਸ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲੜਾਈ ਲੜ ਰਿਹਾ ਸੀਗਾ। ਹੁਣ ਉਹਨੇ ਐਨਆਈਏ ਨੇ ਉਹਨੂੰ ਸੰਮਨ ਭੇਜਿਆ ਹੈਗਾ, 19 ਸਤੰਬਰ ਨੂੰ ਦਿੱਲੀ ਦਫ਼ਤਰ ਦੇ ਵਿੱਚ ਪੇਸ਼ ਹੋਣ ਲਈ ਗਿਆ ਹੈਗਾ। ਕੱਲ੍ਹ ਦੇਰ ਰਾਤ ਉਹਨੂੰ ਮਿਲਿਆ ਹੈਗਾ, ਔਰ ਬਹਿਬਲ ਇਨਸਾਫ਼ ਮੋਰਚੇ ਦੇ ਮੁਖੀ ਹੈਗਾ ਜਿਹੜਾ ਇਹ ਸੁਖਰਾਜ ਸਿੰਘ, ਲੰਬੇ ਸਮੇਂ ਤੋਂ ਇਹ ਜਿਹੜੀ ਲੜਾਈ ਲੜ ਰਿਹਾ, ਵੱਖ ਵੱਖ ਮੌਜੂਦਾ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਰਹੀਆਂ ਉਹਨਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈਗਾ। ਹੁਣ 19 ਤਰੀਕ ਨੂੰ ਪੇਸ਼ ਹੋ ਕੇ ਕੀ ਹੁੰਦਾ ਹੈਗਾ ਇਹ ਦੇਖਣਾ ਅਜੇ ਬਾਕੀ ਹੋਊਗਾ, ਲੇਕਿਨ ਸੁਖਰਾਜ ਸਿੰਘ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਮੈਂ ਜ਼ਰੂਰ ਉੱਥੇ ਐਨਆਈਏ ਦੇ ਸਾਹਮਣੇ ਜਿਹੜਾ ਹੈਗਾ ਪੇਸ਼ ਹੋਊਂਗਾ। ਜੀ, ਬਹੁਤ ਬਹੁਤ ਸ਼ੁਕਰੀਆ ਮੰਦੀ ਫਿਲਹਾਲ ਦੀ ਜਾਣਕਾਰੀ ਲਈ। ਸੋ ਇੱਥੇ ਸੁਖਰਾਜ ਸਿੰਘ ਵੱਲੋਂ ਇਹ ਜ਼ਰੂਰ ਬਿਆਨ ਸਾਹਮਣੇ ਆਇਆ ਕਿ ਉਹ ਪੇਸ਼ ਜ਼ਰੂਰ ਹੋਣਗੇ, 19 ਸਤੰਬਰ ਨੂੰ ਦਿੱਲੀ ਸਿੱਧ ਦਫ਼ਤਰ ਪੇਸ਼ ਹੋਣ ਦੇ ਰਹੇ ਨੇ ਹੁਕਮ ਦਿੱਤੇ ਨੇ। ਦੇਖੋ ਬਾਈ, ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਇਸ਼ੂ ਆ, ਜਿਹੜੇ ਇਸ਼ੂ 'ਤੇ ਸਰਕਾਰਾਂ ਬਣੀਆਂ ਹੋਣ, ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਹਾਂ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆਵਾਜ਼ ਦਬਾਉਣ ਦੇ ਲਈ। ਸੋ ਮੈਂ ਇੱਥੇ ਇਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ, ਗੋਲੀਕਾਂਡ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਅਤੇ ਸਰਕਾਰਾਂ ਦੀ ਨੈਗਲੀਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ। ਸੋ ਇਹ ਜਿਹੜਾ ਨੋਟਿਸ ਆਇਆ, ਮੈਨੂੰ ਦੇਖਣ 'ਚ ਹੀ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ। ਕਿਤੇ ਕੋਈ ਬਾਹਰੀ ਫੰਡਿੰਗ ਦਾ ਮਾਮਲਾ ਨਹੀਂ? ਬਿਲਕੁਲ ਨਹੀਂ, ਹਜੇ ਤੱਕ ਤਾਂ ਇਹ ਦੇਖੋ, ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ, ਕਿਉਂਕਿ ਇੱਕ ਬੁਲਾਇਆ ਗਿਆ, ਦੱਸਿਆ ਨਹੀਂ ਗਿਆ ਵੀ ਕਿਸ ਇਸ਼ੂ 'ਤੇ ਬੁਲਾਇਆ ਜਾ ਰਿਹਾ। ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ, ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ 'ਤੇ ਲਿਖਤੀ ਤੌਰ 'ਤੇ ਰੱਖਾਂਗੇ। ਕਿਹੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਕੀ ਲੱਗਦਾ ਉਹ 'ਚ ਕਿਸ ਮਾਮਲੇ ਨਾਲ? ਨਹੀਂ, ਉਹ ਮੈਨੂੰ ਪਤਾ ਨਹੀਂ ਆ ਹਜੇ ਇਸ ਚੀਜ਼ ਨੂੰ, ਅਸੀਂ ਜਿੰਨਾ ਕੁ ਦੇਖਿਆ, ਕਿਉਂਕਿ ਉਹ ਐਨਆਈਏ ਦੀ ਐਫ ਆਈ ਆਰ ਆ ਕੋਈ, ਉਹਦੇ 'ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ, ਤਾਂ ਦੇਖਦੇ ਹਾਂ ਵੀ ਉਹਦੇ 'ਚ ਕੀ ਇਸ਼ੂ ਆ, ਕਿਹੜੇ ਬੇਸ 'ਤੇ ਬੁਲਾਇਆ, ਕੀ ਕਾਰਨ ਆ, ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਪੇਸ਼ ਹੋਵੋ।
ਬਿਲਕੁਲ ਪੇਸ਼ ਹੋਵਾਂਗੇ। ਕਿੰਨੀ ਤਰੀਕ ਨੂੰ ਬੁਲਾਇਆ ਗਿਆ? 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਜਿਹੜਾ ਅਸੀਂ ਉੱਥੇ ਜਿਹੜਾ ਜ਼ਰੂਰ ਪੇਸ਼ ਹੋਵਾਂਗੇ। ਕਿਤੇ ਤਾਂ ਨਹੀਂ ਲੱਗਦਾ ਵੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਅਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ? ਦੇਖੋ, ਹੋ ਸਕਦਾ ਇਹ ਤਾਂ ਹਜੇ ਸਰਕਾਰਾਂ ਦੇ ਸਮੀਕਰਨ ਹੁੰਦੇ ਆ, ਕਿਵੇਂ ਕੀ ਕਰਦੇ ਆ, ਸਰਕਾਰਾਂ ਦੇ ਆਪਦੇ ਫੰਡੇ ਹੁੰਦੇ ਆ। ਅਸੀਂ ਮਿਲਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਡਿਟੇਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ।